ਜੇ ਜਿਹੜੇ ਗ੍ਰੰਥ ਨੇ ਲਿਖਣੇ ਆਰੰਭ ਕੀਤੇ ਗੁਰਮਤ ਪ੍ਰਭਾਕਰ ਤੇ ਗੁਰਮਤ ਸੁਧਾਕਰ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਹਾਂ ਕਿ ਗੁਰਬਾਣੀ ਬਾਰੇ ਅੱਜ ਤੱਕ ਵੀ ਕਈ ਅਜਿਹੇ ਗੱਲਾਂ ਨੇ ਜਿਨ੍ਹਾਂ ਨੂੰ ਸਮਝਣ ਦੀ ਵਿਚਾਰਨ ਦੀ ਬਹੁਤ ਜ਼ਰੂਰਤ ਹੈ ਅੱਜ ਵੀ ਉਹਨਾਂ ਬਾਰੇ ਵਿਦਵਾਨ ਆਪਣੇ ਵੱਖੋ ਵੱਖਰੇ ਵਿਚਾਰ ਪੇਸ਼ ਕਰਦੇ ਨੇ ਸੋ ਗੁਰਬਾਣੀ ਬਾਰੇ ਹੀ ਜਿਹੜੇ ਕਿ ਪੁਰਾਣੇ ਸਮੇਂ ਭੁਲੇਖੇ ਪਏ ਹੋਏ ਸਨ ਕਿਉਂਕਿ ਉਸ ਮੌਕੇ ਹੋਰ ਵੀ ਵਿਦਵਾਨ ਸਨ ਜੀ ਜਿਵੇਂ ਗੁਰਗ੍ਰਾਥ ਕੋਸ਼ ਪੰਡਤ ਤਾਰਾ ਸਿੰਘ ਤਾਰਾ ਚੰਦ ਨਿਰੋਤਮ ਜੀ ਨੇ ਲਿਖਿਆ ਆਪਣਾ ਮਤਲਬ ਹੂੰ ਉਹਨਾਂ ਦਾ ਜਿਹੜਾ ਉਹ ਕੋਸ਼ ਲਿਖਿਆ ਹੋਇਆ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਓਮਕਾਰ ਸਤਨਾਮ ਦੀ ਜਿਹੜੀ ਵਿਆਖਿਆ ਕੀਤੀ ਹੈ ਤਾਂ ਉਹਨਾਂ ਨੇ ਆਪਣੀ ਸੂਝ ਦੇ ਅਨੁਸਾਰ ਇਸ ਤਰ੍ਹਾਂ ਕੀਤੀ ਕਿ ਜਿਹੜਾ ਇੱਕ ਓਂਕਾਰ ਹੈ ਇਹ ਓਮ ਦਾ ਉਲਟਾ ਹੈ ਓਮ ਦਾ ਉਲਟਾ ਕਰਕੇ ਲਿਖਿਆ ਗਿਆ ਹੈ ਕਿਉਂਕਿ ਸ਼ੁੱਧਰਾਂ ਨੂੰ ਜਿਹੜਾ ਹੈ ਉਹ ਪ੍ਰਮਾਤਮਾ ਦਾ ਰਾਮ ਦਾ ਨਾਮ ਜਪਣ ਦੀ ਆਗਿਆ ਨਹੀਂ ਸੀ ਇਸ ਕਰਕੇ ਗੁਰੂ ਸਹਿਬਾਨ ਨੇ ਓਮ ਨੂੰ ਉਲਟਾ ਕਰਕੇ ਕਮਕਾਰ ਲਿਖਿਆ ਹੈ ਸੋ ਭਾਈ ਕਾਨ ਸਿੰਘ ਨਾਭਾ ਨੇ ਪੂਰੇ ਚਿੰਤਨ ਨਾਲ ਆਪਣੀ ਦ੍ਰਿਸ਼ਟੀ ਦੇ ਨਾਲ ਇਹ ਸਿੱਟਾ ਕੱਢਿਆ ਕਿ ਇਹ ਜਿਹੜਾ ਸ਼ਬਦ ਹੈ ਓਮ ਦਾ ਉਲਟਾ ਨਹੀਂ ਹੈ ਕਿਉਂਕਿ ਭਾਈ ਗੁਰਦਾਸ ਦੀਆਂ 12 ਦੇ ਵਿੱਚ ਜਾਂ ਹੋਰ ਥਾਂ ਤੇ ਲਿਖਿਆ ਹੈ ਕਿ ਇਹ ਹੈ ਜਿਹੜਾ ਏਕਾ ਅਲੱਗ ਹੈ ਤੇ ਓਮਕਾਰ ਅਲੱਗ ਹੈ ਇਹ ਓਮ ਦਾ ਉਲਟਾ ਨਹੀਂ ਹੈ ਸੋ ਇਸ ਤਰ੍ਹਾਂ ਬਹੁਤ ਇਹ ਜੀਆਂ ਗੱਲਾਂ ਸਨ ਜਿਨ੍ਹਾਂ ਬਾਰੇ ਕਈ ਪ੍ਰਕਾਰ ਦੇ ਉਸ ਮੌਕੇ ਭਲੇਖੇ ਸਨ ਤੇ ਇਸੇ ਪ੍ਰਸੰਗ ਦੇ ਵਿੱਚ ਉਹਨਾਂ ਨੇ ਹੋਰ ਵੀ ਕਈ ਕਾਰਜ ਕੀਤੇ 1898 ਤੇ 99 ਇਹਨਾਂ ਸਮੇਂ ਇਸ ਸਮੇਂ ਜਿਹੜੇ ਗ੍ਰੰਥ ਜਿਨ੍ਹਾਂ ਦਾ ਆਪ ਜੀ ਜ਼ਿਕਰ ਕਰ ਰਹੇ ਹੋ ਉਹਨਾਂ ਦੀ ਰਚਨਾ ਕੀਤੀ ਗਈ ਤੇ ਇੱਕ ਬੜਾ ਜੋ ਹੁਣ ਤੱਕ ਅਸੀਂ ਦੇਖੀਏ ਤੇ ਕਰੀਬ 120 ਸਾਲ ਦਾ ਸਮਾਂ ਸੰਗਤਾਂ ਇਸ ਇਹਨਾਂ ਗ੍ਰੰਥਾਂ ਤੋਂ ਲਾਭ ਲੈ ਰਹੀਆਂ ਨੇ ਇਸ ਤੋਂ ਇਹਨਾਂ ਗ੍ਰੰਥਾਂ ਤੇ ਕੀ ਵਿਸ਼ੇਸ਼ਤਾਵਾਂ ਰਹੀਆਂ ਤੇ ਇਸ ਤੋਂ ਇਲਾਵਾ ਜਿਹੜੇ ਭਾਈ ਸਾਹਿਬ ਦੀ ਦੇਣ ਜਿਹੜੀ ਆ ਉਹਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਦੇਖੋ ਇਹ ਵੀ ਜਿਹੜੇ ਗ੍ਰੰਥ ਨੇ ਨਾ ਗੁਰਮੁਖ ਪ੍ਰਵਾਕਰ ਗੁਰਮੁਖ ਸੁਧਾਕਰ ਉਸ ਮੌਕੇ ਛਪ ਵਗੈ ਸਪਗੈ ਸਨ ਜੀ ਪਰੰਤੂ ਉਸ ਮੌਕੇ ਸਿੱਖ ਧਰਮ ਦੇ ਵਿੱਚ ਕੁਝ ਅਜਿਹੇ ਵਿਦਵਾਨ ਵੀ ਸਨ ਜਿਹੜੇ ਕਿ ਭਾਈ ਕਾਨ ਸਿੰਘ ਨਾਭਾ ਦੀ ਨਵੇਂ ਵਿਚਾਰ ਧਾਰਾ ਦਾ ਵਿਰੋਧ ਕਰਦੇ ਸਨ ਜੀ ਭਾਈ ਕਾਨ ਸਿੰਘ ਨਾਭਾ ਨੇ ਧਰਮ ਦੀ ਵਿਆਖਿਆ ਕਰਨ ਲੱਗਿਆ ਕਦੇ ਵੀ ਦਲੀਲ ਨੂੰ ਤਰਕ ਨੂੰ ਅੱਖੋਂ ਲੈ ਨਹੀਂ ਕੀਤਾ ਉਹ ਚਾਹੁੰਦੇ ਸਨ ਕਿ ਜਿਹੜੀ ਵੀ ਗੱਲ ਆਪਾਂ ਨੇ ਕਰਨੀ ਹੈ ਜਿਹੜੀ ਵੀ ਧਰਮ ਦੀ ਵਿਆਖਿਆ ਕਰਨੀ ਹੈ ਉਹਦੇ ਵਿੱਚ ਕੋਈ ਅੰਧਵਿਸ਼ਵਾਸ ਨਹੀਂ ਹੋਣਾ ਚਾਹੀਦਾ ਸਾਡੀ ਗੱਲ ਹੈ ਜਿਹੜੀ ਦਲੀਲ ਤੇ ਤਰਕ ਤੇ ਪੂਰੀ ਉਤਰਨੀ ਚਾਹੀਦੀ ਹੈ ਸੋ ਦੋ ਜਿਹੜੇ ਇਹਨਾਂ ਦੇ ਗ੍ਰੰਥ ਨੇ ਇਹਨਾਂ ਨੂੰ ਵੇਖ ਕੇ ਉਹਨਾਂ ਦੀ ਆਲੋਚਨਾ ਹੋਈ ਪਰੰਤੂ ਤੀਜਾ ਜਿਹੜਾ ਗ੍ਰੰਥ ਉਹਨਾਂ ਨੇ ਤਿਆਰ ਕੀਤਾ ਸੀ ਗੁਰਗਿਰਾ ਕਸੌਟੀ ਉਹਨਾਂ ਨੇ ਤਿਆਰ ਕਰ ਲਿਆ ਸੀ ਉਸ ਬਾਰੇ ਜ਼ਿਕਰ ਮਿਲਦਾ ਉਹਨਾਂ ਦੀ ਡਾਇਰੀਆਂ ਦੇ ਵਿੱਚ ਉਹ ਛਪ ਨਹੀਂ ਸਕਿਆ ਕਿਉਂਕਿ ਲੋਕਾਂ ਨੇ ਕਾਫੀ ਵਿਰੋਧ ਕੀਤਾ ਆਪਣਾ ਮਤਲਬ ਉਸ ਮੌਕੇ ਜੋ ਵਿਚਾਰਧਾਰਾ ਪ੍ਰਚਲਿਤ ਸੀ ਕਿਉਂਕਿ ਇਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਇਹ ਇਹਦੇ ਵਿੱਚ ਪਰੰਪਰਾ ਤੇ ਆਧੁਨਿਕਤਾ ਦੋਨੋਂ ਸੀ ਪਰੰਤੂ ਕੁਝ ਲੋਕ ਜਿਹੜੇ ਉਸ ਮੌਕੇ ਤੇ ਪਰੰਪਰਾਵਾਦੀ ਸਨ ਉਹਨਾਂ ਨੇ ਇਹਨਾਂ ਦੀਆਂ ਇਹਨਾਂ ਰਚਨਾਵਾਂ ਦਾ ਵਿਰੋਧ ਕੀਤਾ ਸੋ ਉਹਨਾਂ ਨੇ ਆਪਣਾ ਜਿਹੜਾ ਗੁਰਗ੍ਰਕਸੌਟੀ ਹੈ ਉਸ ਮੌਕੇ ਨਹੀਂ ਸਵੀਕਾਰ ਸਕੇ ਪਰੰਤੂ ਬਾਅਦ ਦੇ ਵਿੱਚ ਗੁਰਗ੍ਰਕਸੌਟੀ ਦੇ ਵਿੱਚੋਂ ਜਿਹੜਾ ਮਹੱਤਵਪੂਰਨ ਉਹਦੇ ਵਿੱਚੋਂ ਉਹਨਾਂ ਨੇ ਰਚਨਾ ਕੀਤੀ ਸੀ ਉਹਨਾਂ ਉਹ ਵਿਸ਼ਾਲ ਹੈ ਕਿ ਵਿੱਚੋਂ ਉਸ ਰਚਨਾਵਾਂ ਦੇ ਵਿੱਚੋਂ ਤੇ ਤਿੰਨੇ ਗ੍ਰੰਥਾਂ ਨੂੰ ਮਿਲਾ ਕੇ ਗੁਰਮਤਿ ਪ੍ਰਭਾ ਕਰ ਗੁਰਮਤਿ ਸੁਧਾ ਕਰ ਤੇ ਗੁਰਗ੍ਰਾ ਕਸੌਟੀ ਨੂੰ ਮਿਲਾ ਕੇ ਇੱਕ ਨਵਾਂ ਗ੍ਰੰਥ ਤਿਆਰ ਕੀਤਾ ਗੁਰਮਤਿ ਦੀ ਵਿਆਖਿਆ ਲਈ ਜਿਸ ਨੂੰ ਕਿ ਗੁਰਮਤਿ ਮਾਰਤੰਡ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਹ ਗ੍ਰੰਥ ਹੈ ਜਿਹੜਾ ਦੋ ਭਾਗ ਦੇ ਵਿੱਚ ਤਿਆਰ ਹੋਇਆ ਪਰੰਤੂ ਉਹਨਾਂ ਦੇ ਜਿਉਂਦੇ ਜੀ ਤੱਕ ਛਪ ਨਹੀਂ ਸਕਿਆ ਸੀ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਸ ਨੂੰ ਛਪਵਾਇਆ ਜੀ ਸੋ ਜਿਹੜੀ ਗੱਲ ਆਪਨੇ ਪੁੱਛੀ ਆ ਕਿ ਸਿੱਖ ਧਰਮ ਤੋਂ ਬਿਨਾ ਉਹਨਾਂ ਨੇ ਹੋਰ ਵੀ ਕੁਝ ਕੀਤਾ ਜੀ ਅਸਲ ਵਿੱਚ ਭਾਈ ਕਾਨ ਸਿੰਘ ਨਾਭਾ ਸਿਰਫ ਸਿੱਖ ਧਰਮ ਦੇ ਵਿਦਵਾਨ ਨਹੀਂ ਉਹ ਪੰਜਾਬੀ ਦੇ ਵੀ ਇੱਕ ਅਜਿਹੇ ਵਿਦਵਾਨ ਹਨ ਜਿਨ੍ਹਾਂ ਨੇ ਕਿ ਕਈ ਪ੍ਰਕਾਰ ਦੀ ਵਿੱਦਿਆ ਜਿਹੜੀ ਉਸ ਦਾ ਉਸ ਮੌਕੇ ਆਰੰਭ ਕੀਤਾ ਭਾਈ ਕਾਨ ਸਿੰਘ ਨਾਭਾ ਸਿਰਫ ਸਿੱਖ ਧਰਮ ਦੇ ਵਿਆਖਿਆਕਾਰ ਹੀ ਨਹੀਂ ਉਹ ਇੱਕ ਚੰਗੇ ਟੀਕਾਕਾਰ ਵੀ ਸਨ ਜੀ ਉਹਨਾਂ ਨੇ ਟੀਕਾਕਾਰੀ ਦਾ ਵੀ ਆਰੰਭ ਕੀਤਾ ਹੂੰ ਹੂੰ ਉਹ ਇੱਕ ਚੰਗੇ ਸ਼ੰਸ਼ ਸ਼ਾਸਤਰੀ ਵੀ ਸਨ ਉਹ ਇੱਕ ਚੰਗੇ ਅਲੰਕਾਰ ਸ਼ਾਸਤਰੀ ਵੀ ਸਨ ਉਹ ਦੋ ਵਾਰੀ ਤਿੰਨ ਵਾਰੀ ਇੰਗਲੈਂਡ ਗਏ ਉੱਥੋਂ ਜਾ ਕੇ ਉਹਨਾਂ ਨੇ ਇੰਗਲੈਂਡ ਦਾ ਜਿਹੜਾ ਸੱਭਿਆਚਾਰ ਸੀ ਉਸ ਮੌਕੇ ਦਾ 100 ਸਾਲ ਪਹਿਲਾਂ ਦਾ ਉਹ ਵੀ ਉਹਨਾਂ ਨੇ ਕਲਮਵੱਧ ਕੀਤਾ ਸੋ ਇੱਕ ਉਹ ਸਫਰਨਾਮਾਕਾਰ ਦੇ ਤੌਰ ਤੇ ਵੀ ਸਾਹਮਣੇ ਆਏ ਜੀ ਸੋ ਕਈ ਉਹਨਾਂ ਦੇ ਜੀਵਨ ਦੇ ਪੱਖ ਨੇ ਜਿਹੜਾ ਕਿ ਉਹ ਸਾਹਮਣੇ ਲੈ ਕੇ ਆਏ ਨੇ ਪਰੰਤੂ ਉਹਨਾਂ ਦਾ ਜੀਵਨ ਭਰ ਦਾ ਜੀਵਨ ਭਰ ਦੀ ਜਿਹੜੀ ਮਿਹਨਤ ਹੈ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਕਾਰਜ ਹੈ ਉਹ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਹੈ ਇਹ ਪਹਿਲੀ ਵਾਰੀ ਹੈ ਕਿ ਦੁਨੀਆ ਦੇ ਵਿੱਚ ਕਿਸੇ ਇੱਕ ਬੰਦੇ ਨੇ ਇਨਸਾਈਕਲੋਪੀਡੀਆ ਤਿਆਰ ਕੀਤਾ ਹੋਵੇ ਵਿਸ਼ਵ ਕੋਸ਼ ਤਿਆਰ ਕੀਤਾ ਹੋਵੇ ਅਤੇ ਉਹ ਵੀ ਇੱਕ ਪੰਜਾਬੀ ਹੈ ਦੁਨੀਆ ਦੇ ਵਿੱਚ ਜਿਨੇ ਕੇ 14-15 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਤਿਆਰ ਕੀਤਾ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਤਿਆਰ ਕੀਤਾ ਇਹ ਉਦੋਂ ਤਿਆਰ ਕੀਤਾ ਕਿ ਜਦੋਂ ਅੱਜ ਦੇ ਯੁੱਗ ਦੀ ਤਰ੍ਹਾਂ ਇਹ ਨਹੀਂ ਸੀ ਕਿ ਬਟਨ ਦਬਾਓ ਤਾਂ ਇੰਟਰਨੈਟ ਤੇ ਆਪਾਂ ਇਨਫੋਰਮੇਸ਼ਨ ਮਿਲ ਜਾਣਾ ਹਾਂ ਜਿਹੜੀ ਵੀ ਜਾਣਕਾਰੀ ਆਪਾਂ ਲੱਭ ਸਕਦੇ ਹਾਂ ਜਿਵੇਂ ਕਿ ਅੱਜ ਦੇ ਲੋਕ ਕਈ ਵਾਰੀ ਕਮਾਂਡ ਕਰਦੇ ਨੇ ਉਹਨਾਂ ਨੂੰ ਹੁੰਦਾ ਹੈ ਕਿ ਵੀ ਹਾਂ ਅੱਜ ਕੀ ਲੋੜ ਹੈ ਉਹਨਾਂ ਚੀਜ਼ਾਂ ਦੀ ਪਰੰਤੂ ਕਰਕੇ ਵਿਖਾਉਣ ਕੋਈ ਲਿਖ ਕੇ ਵਿਖਿਆ ਵੀ ਅੱਜ ਜਿਹੜਾ ਆਦਮੀ ਹੈ ਉਹ ਇੱਕ ਚਿੱਠੀ ਲਿਖਣ ਨੂੰ ਚਿੱਠੀ ਲਿਖਣ ਤੱਕ ਵੀ ਉਹਦੇ ਕੋਲੇ ਆਪਣਾ ਬਲ ਆਪਣੇ ਆਪ ਨੂੰ ਸਮਰਥ ਪ੍ਰਗਟ ਕਰਦਾ ਹੈ ਉਹ ਵੀ ਫੋਨ ਦੁਆਰਾ ਜਾਂ ਐਸਐਮਐਸ ਦੁਆਰਾ ਆਪਣਾ ਕਰਨਾ ਚਾਹੁੰਦਾ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਜੋ ਕਾਰਜ ਉਹਨਾਂ ਨੇ ਐਨਸਾਈਕਲੋਪੀਡੀਆ ਸਿੱਖ ਜਮ ਲਿਖ ਕੇ ਕੀਤਾ ਮਹਾਨ ਕੋਸ਼ ਦੀ ਰਚਨਾ ਕੀਤੀ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕਾਰਜ ਹੈ ਤੇ ਇਹਦੇ ਵਿੱਚ ਕੀ ਹੈ ਕਿੰਨਾ ਵੱਡਾ ਗਿਆਨ ਦਾ ਖਜ਼ਾਨਾ ਹੈ ਮਹਾਨ ਕੋਸ਼ ਦਾ ਮਤਲਬ ਪੰਜਾਬੀਅਤ ਦੀ ਜੇਕਰ ਗੱਲ ਕਰੀਏ ਪੰਜਾਬੀ ਬੋਲੀ ਦੇ ਵਾਸਤੇ ਹੀ ਮਹਾਨ ਕੋਸ਼ ਇੱਕ ਬੜਾ ਵੱਡਾ ਸੋਮਾ ਹੈ ਗਿਆਨ ਦਾ ਪੰਜਾਬੀ ਬੋਲੀ ਦੇ ਵਾਸਤੇ ਇਸ ਤਰ੍ਹਾਂ ਹੈ ਕਿ ਅੱਜ ਵੀ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਪੰਜਾਬੀ ਪੰਜਾਬੀ ਆਸ਼ਾ ਦੇ ਵਿੱਚ ਕਿਹੜੇ ਜਿਹੜੇ ਸ਼ਬਦ ਨੇ ਆਪਣਾ ਉਹ ਕਿੱਥੋਂ ਕਿੱਥੋਂ ਆਏ ਨੇ ਜੀ ਹਰ ਸ਼ਬਦ ਦਾ ਕੋਈ ਨਾ ਕੋਈ ਪਿਸ਼ੋਕੜ ਹੁੰਦਾ ਹੈ ਕੋਈ ਸ਼ਬਦ ਹੈ ਜਿਹੜਾ ਸੰਸਕ੍ਰਿਤ ਦੇ ਵਿੱਚੋਂ ਆਇਆ ਕੋਈ ਫਾਰਸੀ ਦੇ ਵਿੱਚੋਂ ਆਇਆ ਕੋਈ ਅਰਬੀ ਦੇ ਵਿੱਚੋਂ ਆਇਆ ਸੋ ਹਰ ਸ਼ਬਦ ਦਾ ਕੋਈ ਪਿਸ਼ੋਕੜ ਹੁੰਦਾ ਹੈ ਉਹ ਆ ਕੇ ਕਿਸੇ ਭਾਸ਼ਾ ਦੇ ਵਿੱਚ ਮਿਲਦੇ ਨੇ ਉੱਥੇ ਜज्ਬ ਹੋ ਜਾਂਦੇ ਨੇ ਉਹ ਆਮ ਬੋਲੀ ਦੇ ਵਿੱਚ ਆਮ ਸ਼ਬਦ ਬਣ ਜਾਂਦੇ ਨੇ ਜੀ ਜਿਨ੍ਹਾਂ ਨੂੰ ਕਿ ਆਪਾਂ ਤਤਸਮ ਸ਼ਬਦ ਆਖਦੇ ਹਾਂ ਅਰਧ ਤਤਸਮ ਆਖਦੇ ਹਾਂ ਤੇ ਹੋਰ ਵੀ ਕਈ ਪ੍ਰਕਾਰ ਦੇ ਜਿਹੜੇ ਸ਼ਬਦ ਨੇ ਭਾਸ਼ਾ ਵਿਗਿਆਨ ਦੇ ਅਨੁਸਾਰ ਉਹਨਾਂ ਸਾਰਿਆਂ ਦੀ ਵਿਆਖਿਆ ਉਸ ਮੌਕੇ ਤਿਆਰ ਕੀਤੇ ਮਹਾਨ ਕੋਸ਼ ਦੇ ਵਿੱਚ ਆਪਾਨੂੰ ਮਿਲਦੀ ਹੈ ਸੋ ਭਾਸ਼ਾ ਵਿਗਿਆਨੀਆਂ ਵਾਸਤੇ ਖੋਜਕਾਰਾਂ ਵਾਸਤੇ ਸਗੋਂ ਇੱਥੋਂ ਤੱਕ ਵਿਦਵਾਨ ਤਾਂ ਇਹ ਵੀ ਕਹਿੰਦੇ ਨੇ ਕਿ ਕੋਈ ਵੀ ਜਿਹੜੀ ਖੋਜ ਹੈ ਪੰਜਾਬੀ ਦੀ ਉਹ ਮਹਾਨ ਕੋਸ਼ ਦਾ ਸਹਾਰਾ ਲਏ ਬਿਨਾ ਪੂਰੀ ਨਹੀਂ ਹੋ ਸਕਦੀ ਇਸੇ ਕਰਕੇ ਹੁਣ ਪਿਛਲੇ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਨੂੰ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨ ਦਾ ਕੰਮ ਹੈ ਜਿਹੜਾ ਉਹ ਆਰੰਭ ਕੀਤਾ ਹੈ ਹੁਣ ਇਹਦੇ ਦੋ ਭਾਗ ਨੇ ਜਿਹੜੇ ਉਹ ਉਹਨਾਂ ਦਾ ਅਨੁਵਾਦ ਹੋ ਚੁੱਕਿਆ ਹੈ ਜੀ ਤੇ ਅੱਗੇ ਉਹਦਾ ਕਾਰਜ ਚੱਲ ਰਿਹਾ ਹੈ